ਤੁਹਾਡਾ ਸਾਰਿਆਂ ਦਾ ਆਈਟੀ ਇਲੈਕਟ੍ਰੀਸ਼ਨ ਸੰਗਰੂਰ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਸਾਥੀ ਇਸ ਚੈਨਲ 'ਤੇ ਨਵੇਂ ਹਨ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਦਿੱਤਾ ਗਿਆ ਬੈਲ ਆਈਕਨ ਵੀ ਪ੍ਰੈਸ ਕਰ ਲੈਣ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਵੀਡੀਓ ਦੀ ਜਾਣਕਾਰੀ ਮਿਲਦੀ ਰਹੇ। ਸੋ ਜਿਹੜੇ ਬੱਚੇ ਆਈਟੀ ਪਾਸ ਨੇ ਨਾ ਇਲੈਕਟ੍ਰੀਸ਼ਨ ਵਾਇਰਮੈਨ ਦੀ ਉਹਨਾਂ ਲਈ ਇੱਕ ਬਹੁਤ ਹੀ ਖੁਸ਼ਖਬਰੀ ਹੈ। ਅਪ੍ਰੈਂਟਿਸ਼ਿਪ ਦੀਆਂ ਅਸਿਸਟੈਂਟ ਲਾਈਨਮੈਨ ਦੀਆਂ ਸੋਰੀ ਅਸਿਸਟੈਂਟ ਲਾਈਨਮੈਨ ਦੀਆਂ ਵੈਕੈਂਸੀਆਂ ਆਊਟ ਹੋਈਆਂ ਨੇਗੀਆਂ, 53 ਵੈਕੈਂਸੀਆਂ ਨੇ ਟੋਟਲ, ਠੀਕ ਹੈ। 25 ਕੀ ਨੇਗੀਆਂ ਜਰਨਲ ਦੀਆਂ ਨੇ, 24 ਓ ਬੀ ਸੀ ਨੇ, ਐੱਸ ਸੀ ਨੇਗੇ 9 ਪੋਸਟ। ਇਹ ਕਿਹੜੇ ਡਿਪਾਰਟਮੈਂਟ ਦੀਆਂ ਨੇਗੀਆਂ? ਇਹ ਆਫਿਸ ਆਫ ਦਾ ਸੁਪਰਡੈਂਟਿੰਗ ਇੰਜੀਨੀਅਰ ਇਲੈਕਟ੍ਰੀਸਿਟੀ ਆਫ ਸਰਕਲ ਚੰਡੀਗੜ੍ਹ ਦੀਆਂ ਪੋਸਟਾਂ ਨੇ ਜੀ। ਓਕੇ, ਚੰਡੀਗੜ੍ਹ ਦੇ ਲਈ ਪੋਸਟਾਂ ਨੇ ਇਹ। 9 ਤਰੀਕ ਤੋਂ ਓਪਨ ਹੋਣੀ, ਅਵੇਲੇਬਲ ਹੋਊਗਾ ਇਹਦਾ 9/1/23 ਤੋਂ, ਠੀਕ ਹੈ ਜੀ। ਅਤੇ ਹਜੇ ਨੋਟੀਫਿਕੇਸ਼ਨ ਇਹਦੇ ਵਿੱਚ ਕੋਈ ਆਇਆ ਨਹੀਂ ਹੈਗਾ ਹਜੇ ਤੱਕ ਵੀ, ਸਿਲੇਬਸ ਵਗੈਰਾ ਦਾ ਕੁਛ ਵੀ ਓਪਨ ਨਹੀਂ ਹੋਈਆਂ ਹਜੇ, ਔਨਲਾਈਨ ਹੋਣਗੀਆਂ 9 ਤਰੀਕ ਤੋਂ ਅਤੇ 31 ਤਰੀਕ ਤੱਕ ਚੱਲਣਗੇ ਆਪਾਂ। 31 ਤਰੀਕ ਤੱਕ ਭਰ ਸਕਦੇ ਹਾਂ ਅਤੇ 3/2 ਤੱਕ ਇਹਦੀ ਫੀਸ ਹੈ ਜਿਹੜੀ ਆਪਾਂ ਡਿਪੋਜ਼ਿਟ ਕਰਵਾ ਸਕਦੇ ਹਾਂ। ਓਕੇ ਜੀ, ਵਧੀਆ ਗੱਲ ਹੈ ਨਾ ਜਿਨ੍ਹਾਂ ਦੀ ਆਈਟੀ ਕੀਤੀ ਹੋਈ ਇਲੈਕਟ੍ਰੀਸ਼ਨ ਦੀ, ਅਤੇ ਸਾਰੇ ਬੱਚਿਆਂ ਲਈ ਵਧੀਆ ਗੱਲ ਹੈਗੀ। ਅਤੇ ਇਹਦਾ ਵੀ ਇਗਜ਼ਾਮ ਦੇ ਲਈ ਹੈ ਨਾ ਆਪਣਾ ਤਿਆਰੀ ਕਰਦੇ ਰਹੋ, ਅਤੇ ਜੇ ਕਿਸੇ ਨੇ ਬੈਚ ਹੈ ਨਾ ਲੈਣਾ ਪਰਚੇਜ ਕਰਨਾ ਤਾਂ ਉਹ ਆਪਣੇ ਨਾਲ ਵੀ ਕੰਟੈਕਟ ਕਰ ਸਕਦਾ। ਨੰਬਰ ਮੈਂ ਸ਼ੇਅਰ ਕਰ ਦਿੰਦਾ ਹੈ ਨਾ ਇੱਕ ਵਾਰ, ਜੇ ਕਿਸੇ ਨੇ ਤਿਆਰੀ ਕਰਨੀ ਹੈ ਇਹਦੇ ਲਈ ਬੈਚ, ਉਹ ਆਪਣੇ ਨਾਲ ਕੰਟੈਕਟ ਕਰ ਸਕਦਾ ਹੈਗਾ, ਠੀਕ ਹੈ ਜੀ। ਨੰਬਰ ਮੈਨਸ਼ਨ ਹੈਗਾ 9464-6564-48-44, ਅਤੇ ਤੁਸੀਂ ਕੰਟੈਕਟ ਕਰਕੇ ਬੈਚ ਦੇ ਰਿਗਾਰਡਿੰਗ ਕੁਛ ਵੀ ਪੁੱਛਣਾ ਤਾਂ ਪੁੱਛ ਸਕਦੇ ਹੋ, ਕੋਈ ਵੀ ਕਿਊਰੀ ਹੋਵੇ ਕੋਈ ਵੀ ਬੱਚਾ ਪੁੱਛ ਸਕਦਾ, ਠੀਕ ਹੈ ਜੀ। ਅਤੇ ਵਧੀਆ ਗੱਲ ਹੈ ਨਾ ਪੋਸਟਾਂ ਆ ਗਈਆਂ ਤਾਂ। ਸੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ, ਠੀਕ ਹੈ, ਓਕੇ, ਥੈਂਕ ਯੂ।